ਸਤਿ ਸ਼੍ਰੀ ਅਕਾਲ ਕਿਸਾਨ ਭਰਾਓ, ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ। ਹੁਣ ਜਿਹੜਾ ਟਾਈਮ ਚੱਲ ਰਿਹਾ, ਬਹੁਤ ਸਾਰੇ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਇੱਕ ਪ੍ਰੋਬਲਮ ਆ ਰਹੀ ਹੈ ਕਿ ਸੁੰਡੀ ਅਟੈਕ ਕਰ ਰਹੀ ਹੈ, ਕਿਤੇ ਨਾ ਕਿਤੇ ਸੁੰਡੀ ਦਿਖਾਈ ਦੇ ਰਹੀ ਆ ਇਸ ਤਰੀਕੇ ਦੇ ਨਾਲ, ਜਿਵੇਂ ਕਿ ਤੁਸੀਂ ਇਹ ਪੱਤਾ ਫੋਲਡ ਹੋਇਆ ਦੇਖ ਸਕਦੇ ਹੋ। ਤੇ ਪਰ ਸੁੰਡੀ ਵੀ ਅਟੈਕ ਕਰ ਰਹੀ ਆ ਤੇ ਨਾਲ ਦੀ ਨਾਲ ਜਿਹੜਾ ਫਲਾਵਰਿੰਗ ਵੀ ਹੋ ਰਹੀ ਆ। ਤਾਂ ਹੁਣ ਇੱਥੇ ਬਹੁਤ ਸਾਰੇ ਵੀਰ ਇਸ ਚੀਜ਼ ਦੇ ਵਿੱਚ ਫਸ ਜਾਂਦੇ ਨੇ ਕਿ ਆਪਾਂ ਹੁਣ ਕੀ ਕਰੀਏ, ਕਿਉਂਕਿ ਜੇ ਤਾਂ ਸੜਕਿਆ ਕਰਦੇ ਆ ਫਿਰ ਤਾਂ ਉਹਨਾਂ ਦੀ ਬੂਰ ਦੀ ਪ੍ਰੋਬਲਮ ਆ, ਬੂਰ ਝੜਨ ਦੀ, ਜਾਂ ਆਪਾਂ ਕਹਿ ਦਈਏ ਦਾਣੇ ਦਾਗੀ ਹੋਣ ਦੀ। ਕਹਿਣ ਦਾ ਭਾਵ ਬੂਰ ਦੇ ਉੱਪਰ ਸੜਕਿਆ ਕਰਨਾ ਨਹੀਂ ਹੁੰਦਾ, ਜਿਵੇਂ ਕਿ ਇਸ ਦੀਆਂ ਤੁਸੀਂ ਇਸ ਕਿਸਮ ਦੀਆਂ ਜਿਹੜੀਆਂ ਮੁੰਜਰਾਂ ਨੇਗੀਆਂ ਸਿੱਧੀਆਂ ਖੜੀਆਂ ਦੇਖ ਸਕਦੇ ਹੋ। ਹੁਣ ਕਿਤੇ ਨਾ ਕਿਤੇ ਨਾਲ ਦੀ ਨਾਲ ਅਟੈਕ ਵੀ ਹੈਗਾ ਗਾ ਸੁੰਬੀ ਦਾ। ਉਹ ਇੱਕ ਗੱਲ ਧਿਆਨ 'ਚ ਰੱਖਿਓ ਕਿ ਜਿਹੜਾ ਸੁੰਬੀ ਦਾ ਅਟੈਕ ਆ ਇਸ ਟਾਈਮ 'ਤੇ ਥੋੜ੍ਹਾ ਗਾ, ਉਹਦੇ ਨਾਲ ਕੋਈ ਬਾਹਲਾ ਵੱਡਾ ਨੁਕਸਾਨ ਨਹੀਂ ਹੋਣ ਵਾਲਾ, ਜਿੰਨਾ ਕੁ ਨੁਕਸਾਨ ਆਪਾਂ ਫਲਾਰਿੰਗ ਸਟੇਜ 'ਤੇ ਆਪਣੇ ਝੋਨੇ ਦਾ ਸੜਕਿਆ ਕਰਕੇ ਕਰ ਦਾਂਗੇ। ਇੱਕ ਗੱਲ ਹੁਣ ਅੱਗੇ ਚਲੋ, ਬਹੁਤ ਸਾਰੇ ਵੀਰ ਹੁੰਦੇ ਇਸ ਚੀਜ਼ ਨੂੰ ਜਰ ਨਹੀਂ ਸਕਦੇ। ਕਾਰਨ ਕੀ ਹੁੰਦਾ ਕਿ ਕਿਤੇ ਨਾ ਕਿਤੇ ਕਈ ਵਾਰੀ ਕੀ ਹੁੰਦਾ ਨਾ, ਜ਼ਿਆਦਾ ਅਟੈਕ ਵੀ ਹੁੰਦਾ ਇਸ ਚੀਜ਼ 'ਤੇ ਵੀ। ਇੱਕ ਆਪਾਂ ਕਹਿ ਦਈਏ ਵਜਿੱਦ ਨਹੀਂ ਰੁਕਣਾ ਚਾਹੀਦਾ ਕਿਸੇ ਵੀ ਵੀਰ ਨੂੰ ਕਿ ਯਾਰ ਅਜੇ ਅਟੈਕ ਹੈ ਹੀ ਨਹੀਂ। ਹੋ ਸਕਦਾ ਕਿਸੇ ਭਰਾ ਦੇ ਅਟੈਕ ਜ਼ਿਆਦਾ ਹੋਵੇ, ਜਾਂ ਕਿਸੇ ਤਰੀਕੇ ਦੀ ਪ੍ਰੈਕਟਿਸ ਦੇ ਵਿੱਚ ਕਮੀ ਹੋਵੇ ਇਸ ਤਰੀਕੇ ਦੀ ਕਿ ਜ਼ਿਆਦਾ ਛੇਤੀ ਅਟੈਕ ਕਰ ਗਿਆ ਹੋਵੇ ਜਿਹੜਾ ਭੁਮੱਕੜ ਫਿਰ ਰਿਹਾ ਹੈਗਾ ਝੋਨੇ ਦੇ ਵਿੱਚ, ਅਤੇ ਉਸ ਤੋਂ ਬਾਅਦ ਉਹਦੇ 'ਤੇ ਬੱਚੇ ਨਿਕਲੇ ਹੁਣ ਜਿਹੜੇ ਆਪਣਾ ਲੀਫ ਹੋਲਡਰ ਦੇ ਨੇ, ਖਾਸ ਕਰਕੇ ਪੱਤਾ ਲਵੇਟ ਸੁੰਡੀ ਦੇ। ਹੋ ਗਈ ਗੱਲ ਕਿਸਾਨ ਭਰਾਓ, ਹੁਣ ਆਪਾਂ ਕਰਨਾ ਕੀ ਆ? ਆਪਾਂ ਇੱਕ ਛੋਟੀ ਜਿਹੀ ਵੀਡੀਓ ਰਾਹੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਪਰ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ ਦੇ ਵਿੱਚ ਚੈਨਲ ਸਬਸਕ੍ਰਾਈਬ ਕਰ ਲਓ, ਬੈਲ ਆਈਕੋਨ ਦਬਾ ਲਓ, ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਣਗੀਆਂ। ਸੋ ਗੱਲ ਕਰੀਏ, ਜੇਕਰ ਹੁਣ ਇਸ ਤਰੀਕੇ ਦੀ ਕੰਡੀਸ਼ਨ ਆ ਵੀ ਗਈ ਕਿ ਯਾਰ ਹੁਣ ਝੰਡੇ ਪੱਤੇ ਨੂੰ ਵੀ ਇਹ ਅਟੈਕ ਕਰ ਰਿਹਾ ਅਤੇ ਨਾਲ ਦੀ ਨਾਲ ਆਪਣੇ ਬੂਰ ਵੀ ਆ, ਤਾਂ ਕਿਸਾਨ ਭਰਾਓ ਤੁਸੀਂ ਇੱਕ ਆਪਾਂ ਕਹਿ ਸਕਦੇ ਕਿ ਇੱਕ ਸਮਾਂ ਵਿਚਾਰਨਾ, ਇੱਕ ਟਾਈਮ ਵਿਚਾਰਨਾ। ਉਹ ਟਾਈਮ ਕਿਹੜਾ? ਜਿਵੇਂ ਕਿ ਹੁਣ ਤੁਸੀਂ ਲਗਭਗ ਇਹ ਜਿਹੜੀ ਵੀਡੀਓ ਆ ਇਹ ਆਪਾਂ ਬਣਾ ਰਹੇ ਹਾਂ 4 ਵਜੇ ਤੋਂ ਬਾਅਦ 4 PM ਤੋਂ, ਕਹਿਣ ਦਾ ਭਾਵ ਪਿਛਲੇ ਪੈਰ। ਹੁਣ ਜ਼ਿਆਦਾ ਕਿਸਾਨ ਭਰਾਵੋ 9 ਵਜੇ ਤੋਂ ਪਹਿਲਾਂ ਜੇਕਰ ਚੰਗੀ ਧੁੱਪ ਨਿਕਲਦੀ ਆ ਤਾਂ ਐਂਡ ਟੂ ਐਂਡ 9 ਵਜੇ ਤੱਕ ਹੀ ਸੜਕਿਆ ਕਰ ਸਕਦੇ ਹੋ। ਪਿਛਲੀਆਂ ਵੀਡੀਓ 'ਚ ਆਪਾਂ ਨੇ 10 ਵਜੇ ਦੀ ਗੱਲ ਕੀਤੀ ਸੀ, ਕਿਉਂਕਿ ਉਸ ਟਾਈਮ 'ਤੇ ਜਿਹੜਾ ਮੌਸਮ ਸੀ ਉਸ ਹਿਸਾਬ ਦਾ ਚੱਲ ਰਿਹਾ ਸੀਗਾ, ਬੱਦਲਬਾਈ ਵਗੈਰਾ ਸੀ, ਸੂਰਜ ਲੇਟ ਚੜ੍ਹ ਜਾਂਦਾ ਸੀ। ਹੁਣ ਜਿਹੜਾ ਰੂਟੀਨ ਦੇ ਵਿੱਚ ਪਿਛਲੇ 3-4 ਦਿਨਾਂ ਦੇ ਵਿੱਚ ਸੂਰਜ ਜਿਹੜੇ ਹਿਸਾਬ ਦੇ ਨਾਲ ਸਹੀ ਟਾਈਮਿੰਗ ਆ ਗਈ ਸੂਰਜ ਦੇ ਆਪਾਂ ਕਹਿੰਦੇ ਸਵੇਰੇ ਚੜ੍ਹਨ ਦੀ, ਤਾਂ ਤੁਸੀਂ ਐਂਡ ਟੂ ਐਂਡ 9 ਵਜੇ ਤੱਕ ਸੜਕਿਆ ਕਰ ਸਕਦੇ ਹੋ। ਉਸ ਤੋਂ ਬਾਅਦ ਅਗਲੀ ਗੱਲ, 9 ਵਜੇ ਤੱਕ ਤੁਸੀਂ ਨਹੀਂ ਕਵਰ ਕਰ ਸਕੇ ਤਾਂ ਫਿਰ ਕਿਸਾਨ ਭਰਾ ਉਦੋਂ ਬਾਅਦ ਵੇਟ ਕਰਨਾ ਘੱਟ ਤੋਂ ਘੱਟ 3 ਵਜੇ ਤੱਕ ਦਾ, ਫਿਰ ਉਹਨੂੰ ਲਾਸਟ ਟਾਈਮ 3 ਵਜੇ ਤੋਂ ਬਾਅਦ ਸੜਕਿਆ ਕਰ ਸਕਦੇ। ਉਹ ਸੜਕਿਆ ਤੁਹਾਡਾ 2 ਦਿਨਾਂ 'ਚ ਵੀ ਹੋਵੇ, 3 'ਚ ਵੀ ਹੋਵੇ, ਜ਼ਮੀਨ ਦੇ ਅਕੋਰਡਿੰਗ ਕਿੰਨੇ ਕੁ ਰਕਬੇ 'ਤੇ ਕਰਨਾ ਉਸ ਤਰੀਕੇ ਦੇ ਨਾਲ ਕਰ ਲਿਓ, ਕਿਉਂਕਿ ਉਹਦੇ ਨਾਲ ਕੀ ਹੋਊ ਨਾ ਉਦੋਂ ਤੱਕ ਜਿਹੜਾ ਬੂਰ 9 ਵਜੇ ਬੂਰ ਜਿਹੜਾ ਆਪਾਂ ਕਹਿ ਦਈਏ ਪੈਣਾ ਹੁੰਦਾ 9 ਤੋਂ 3 ਵਜੇ ਤੱਕ ਪੂਰਾ ਪੀਕ 'ਤੇ ਚੱਲ ਰਿਹਾ ਹੁੰਦਾ, ਤਾਂ ਉਹ ਲਗਭਗ ਆਪਾਂ ਕਹਿ ਦਈਏ ਪੈ ਚੁੱਕਿਆ ਹੋਊ। ਇਹ ਕੰਮ ਹੋ ਗਿਆ, ਬੂਰ ਪੈ ਗਿਆ, ਉਸ ਤੋਂ ਬਾਅਦ ਵੀ ਆਪਾਂ ਨੇ ਇਹਨੂੰ ਆਪਾਂ ਕਹਿ ਸਕਦੇ ਹਾਂ ਵਿਸਲੇ ਨਹੀਂ ਹੋਣਾ ਕਿ ਇਸ ਤਰੀਕੇ ਦੇ ਨਾਲ ਨਹੀਂ ਕਿ ਬੂਰ ਹੁਣ 3 ਵਜੇ ਤੱਕ ਜੋ ਅੱਜ ਪੈਣਾ ਸੀਗਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਬੂਰ ਪੈਣਾ ਸੀ ਉਹ ਪੈ ਗਿਆ, ਹੁਣ ਬਾਕੀ ਦੀ ਪ੍ਰਕਿਰਿਆ ਕੱਲ੍ਹ ਨੂੰ 9 ਵਜੇ ਤੋਂ ਬਾਅਦ ਚੱਲੂ। ਚਲੋ ਜੀ ਹੁਣ ਆਪਾਂ ਗੰਨ ਲੈ ਕੇ ਇਹਦੇ ਵਿੱਚ ਵੜ ਜਾਈਏ, ਵਿਸਲੇ ਹੋ ਜਾਈਏ। ਵਿਸਲੇ ਨਹੀਂ ਹੋਣਾ ਕਿਸਾਨ ਭਰਾਵੋ, ਕਿਉਂਕਿ ਅਜੇ ਵੀ ਇੱਕ ਕੰਮ ਆ ਜਿਹੜਾ ਤੁਸੀਂ ਧਿਆਨ ਦੇ ਵਿੱਚ ਰੱਖਣਾ, ਆਪਣੀ ਗੰਨ ਨੂੰ ਉੱਪਰ ਰੱਖਣਾ। ਕਹਿਣ ਦਾ ਭਾਵ ਤੁਸੀਂ ਥੋੜ੍ਹਾ ਜਿਹਾ ਇਸ ਤਰੀਕੇ ਦੇ ਨਾਲ ਜਿਹੜੀ ਆਪਣੀ ਗੰਨ ਆ ਉੱਪਰ ਕਰਕੇ ਫੜ ਸਕਦੇ ਹੋ, ਝੋਨੇ ਦੇ ਬੂਟਿਆਂ ਦੇ ਉੱਤੇ, ਝੋਨੇ ਦੇ ਪੱਤਿਆਂ ਦੇ ਉੱਤੇ, ਝੋਨੇ ਦੀਆਂ ਮੁੰਜਰਾਂ ਦੇ ਉੱਤੇ ਸਿਰਫ ਤੇ ਸਿਰਫ ਫੁਹਾਰਾ ਪਵੇ, ਨਾ ਕਿ ਗੰਨ ਦੇ ਸਿੱਧੀ ਟਾਰਗੇਟ ਦੇ ਵਿੱਚ ਤੁਹਾਡੀ ਜਿਹੜੀ ਮੁੰਜਰਾ ਆਵੇ। ਇਹ ਚੀਜ਼ ਦਾ ਵੀ ਧਿਆਨ ਰੱਖਣਾ, ਭਾਵੇਂ ਕਿ ਤੁਸੀਂ 3 ਵਜੇ ਤੋਂ ਬਾਅਦ ਹੀ ਕਰ ਰਹੇ ਹੋ, ਉਹਦੇ ਨਾਲ ਹੋਊਗਾ ਕੀ ਕਿਸਾਨ ਭਰਾਓ? ਜੇਕਰ ਤੁਸੀਂ ਸਿੱਧੀ ਟਾਰਗੇਟ ਕਰੋਗੇ, ਜਿਵੇਂ ਕਿ ਇਹ ਬੂਰ ਆ, ਆਹ ਵਾਲਾ ਬੂਰ ਸੀ ਜਿਹੜਾ ਇਹ ਪਿਆ ਗਾ ਪਹਿਲਾਂ ਕੱਲ੍ਹ ਦਾ, ਆਹ ਅੱਜ ਪੈ ਰਿਹਾ,
ਤੇ ਇੱਥੇ ਕੱਲ ਨੂੰ ਆਹ ਬੂਰ ਨੇ ਪੈਣਾ। ਹੁਣ ਆਹ ਬੂਰ ਅੱਜ ਪਿਆ ਤਾਂ ਜਦੋਂ ਇੱਥੇ ਗਨ ਟਾਰਗੇਟ ਕਰੂਗੀ ਤਾਂ ਇਹਦੇ ਜਦੋਂ ਜ਼ਿਆਦਾ ਝਟਕਾ ਲੱਗੂ, ਭਾਵੇਂ ਕਿ ਇਹਦੇ ਵਿੱਚ ਬੂਰ ਪਏ ਵੀ ਗਿਆ, ਫਿਰ ਵੀ ਕਿਤੇ ਨਾ ਕਿਤੇ ਇਹਦੇ ਇੰਨੀ ਜਗ੍ਹਾ ਦੇ ਵਿੱਚ ਡੈਮੇਜ ਹੋਣ ਦੀ ਪ੍ਰੋਬਲਮ ਆ ਸਕਦੀ ਹੈ। ਸੋ ਇਸ ਚੀਜ਼ ਦਾ ਵੀ ਧਿਆਨ ਰੱਖਣਾ ਕਿਸਾਨ ਭਰਾਓ, ਤੇ ਜੇਕਰ ਮਜਬੂਰੀ ਆ ਫਿਰ ਹੀ ਆਪਾਂ ਕਰੀਏ, ਤੇ ਜੇਕਰ ਵੇਟ ਕਰ ਸਕਦੇ ਹਾਂ ਤਾਂ ਮੁੰਜਰਾਂ ਮੁੜਨ ਤੱਕ ਦਾ ਵੇਟ ਕਰ ਲਓ ਕਿਸਾਨ ਭਰਾਓ। ਮੁੰਜਰ ਮੁੜਨੀ ਕਿੰਨੀ ਕੁ ਚਾਹੀਦੀ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਜਿਵੇਂ ਆਹ ਝੋਨਾ ਦੇਖ ਸਕਦੇ ਇਹਦੀਆਂ ਲਗਭਗ ਹੀ ਮੁੰਜਰਾਂ ਮੁੜ ਗਈਆਂ, ਜ਼ਿਆਦਾਤਰ ਮੁੰਜਰਾਂ ਮੁੜੀਆਂ ਪਿੰਨਾਂ ਨੇ, ਦੇਖ ਸਕਦੇ ਹੋ ਤੁਸੀਂ। ਤਾਂ ਇਸ ਸਟੇਜ ਤੇ ਤੁਸੀਂ ਸੜਕਿਆ ਕਰ ਸਕਦੇ ਹੋ, ਜੇਕਰ ਰੁਕ ਸਕਦੇ ਹੋ ਤਾਂ 20 ਤਰੀਕ ਤੱਕ ਰੁਕ ਜਾਓ, ਕਿਉਂਕਿ 20 ਤਰੀਕ ਤੋਂ ਬਾਅਦ ਅਟੈਕ ਹੋਰ ਵੀ ਜ਼ਿਆਦਾ ਹੋ ਸਕਦਾ। ਜਿਹੜੇ ਝੋਨੇ ਦੇ ਉੱਤੇ ਤੁਹਾਨੂੰ ਲੱਗਦਾ ਕਿ ਅਟੈਕ ਸੁੰਗੀ ਦਾ ਹੋਊਗਾ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ ਆਪਣੇ ਭੁਮੱਕੜ ਦੇ ਹਿਸਾਬ ਦੇ ਨਾਲ। ਬਾਕੀ ਡਿਟੇਲ ਅੱਗੇ ਦੋਨਾਂ ਸੁੰਡੀਆਂ ਬਾਰੇ ਤੇ ਹੋਰ ਡਿਟੇਲ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਹਾਂ ਸਾਨੂੰ ਭਰਾਓ।